ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚੋਂ ਲਗਾਤਾਰ ਨਸ਼ੇ ਦੀ ਭੈੜੀ ਆਦਤ ਵਿੱਚ ਫਸੇ ਨੌਜਵਾਨਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਨਵਾਂ ਪੂਰਬਾ ਦਾ ਹੈ, ਜਿੱਥੋਂ ਦਾ 28 ਸਾਲ ਦਾ ਨੌਜਵਾਨ ਗੁਰਪ੍ਰੀਤ ਸਿੰਘ ਇਸ ਵੇਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਮੌਕੇ ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਨਵਾਂ ਪੂਰਬਾ ਵਿੱਚ ਪਹਿਲਾਂ ਵੀ ਕਈ ਲੋਕਾਂ ਦੀ ਨਸ਼ੇ ਕਰਕੇ ਮੌਤ ਹੋ ਚੁੱਕੀ ਹੈ, ਪਰ ਇਸ ਦੇ ਬਾਰੇ ਵਿੱਚ ਪੁਲਿਸ ਨੂੰ ਲਗਾਤਾਰ ਸੂਚਨਾ ਦੇਣ ਦੇ ਬਾਵਜੂਦ ਵੀ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ। ਇਸ ਦੇ ਕਰਕੇ ਹੀ ਪਿੰਡ ਦੇ ਨੌਜਵਾਨ ਲਗਾਤਾਰ ਨਸ਼ੇ ਦੀ ਭੈੜੀ ਆਦਤ ਵਿੱਚ ਫਸਦੇ ਹੀ ਜਾ ਰਹੇ ਹਨ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਗੰਭੀਰ ਹਾਲਤ ਵਿੱਚ ਉਹਨਾਂ ਨੇ ਗੁਰਪ੍ਰੀਤ ਨੂੰ ਜਦੋਂ ਹਸਪਤਾਲ ਲਿਆਂਦਾ ਸੀ ਉਦੋਂ ਗੁਰਪ੍ਰੀਤ ਨੇ ਦੱਸਿਆ ਸੀ ਕਿ ਉਸਨੂੰ ਨਸ਼ਾ ਦੇਣ ਲਈ ਇੱਕ ਬਿੱਟੂ ਨਾਂ ਦਾ ਨੌਜਵਾਨ ਆਇਆ ਸੀ ਅਤੇ ਇਸ ਬਿੱਟੂ ਦੇ ਬਾਰੇ ਪੁਲਿਸ ਨੂੰ ਦੱਸ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਵੀ ਪੁਲਿਸ ਨਸ਼ਾ ਵੇਚਣ ਵਾਲੇ ਦੇ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਕੀ ਨਾਮ ਹੈ ਜੀ ਤੁਹਾਡਾ ਔਰ ਕਿਹੜੇ ਕਿਹਨਾਂ ਨੂੰ ਤੁਸੀਂ ਦਾਖਲ ਕਰਾਇਆ, ਉਹ ਕਾਹਦੀ ਗੱਲੋਂ ਕਰਾਇਆ ਗਿਆ, ਕੀ ਕਾਰਨ ਕੀ ਹੋਇਆ ਜੀ? ਮੇਰਾ ਜੀ ਨਾਮ ਸੂਬੇਦਾਰ ਚਰਨ ਸਿੰਘ ਕੀਰਤੀ ਚੱਕੜਾ। ਹਾਂਜੀ, ਮੇਰਾ ਭਤੀਜਾ ਸੀ ਜੀ, ਨਸ਼ਾ ਕਰਦਾ ਸੀ ਇਹ ਪਹਿਲਾਂ ਤੋਂ 2.5 ਸਾਲ ਇਹਨੂੰ ਪਹਿਲਾਂ ਅਸੀਂ ਦਾਖਲ ਕਰਾ ਚੁੱਕੇ, ਉਸ ਤੋਂ ਬਾਅਦ ਹੁਣ 6 ਮਹੀਨੇ ਹੋ ਗਏ ਇੱਥੇ ਮੇਰੇ ਕੋਲ ਲਿਆਂਦੇ ਨੂੰ। ਨਸ਼ਾ ਕਰਨ ਬਿਲਕੁਲ ਛਡਾਇਆ ਅਸੀਂ, ਇੱਕ ਬਿੱਟੂ ਨਾਂ ਦਾ ਮੁੰਡਾ ਇੱਥੇ, ਉਹ ਨਸ਼ਾ ਕਿਤੋਂ ਗਾਂਹ ਲਿਆ ਕੇ ਅੱਗੋਂ ਕਿਸੇ ਨੂੰ ਲਿਆ ਕੇ ਉਹ ਨਸ਼ਾ ਲਿਆ ਕੇ ਇਹਨੂੰ ਦਿੱਤਾ ਅਤੇ ਉਹ ਨਸ਼ੇ ਦੇ ਨਾਲ ਇਹਨੇ ਨਸ਼ਾ ਕੀਤਾ, ਨਸ਼ੇ ਦੇ ਵਿੱਚ ਬਿਲਕੁਲ ਹੀ ਖਤਮ ਹੋ ਗਿਆ ਸੀ। ਇਹਨੂੰ ਰੱਬ ਨੇ ਅੱਜ ਦੁਬਾਰਾ ਜਨਮ ਦਿੱਤਾ, ਜੋ ਅੱਜ ਮੈਂ ਜਿਹਦੀ ਮੇਰੀ ਜ਼ਿੰਦਗੀ ਅੱਜ ਦੁਬਾਰਾ ਇੱਥੇ ਬੱਚਿਆ ਅੱਜ, ਵੀ ਸਾਨੂੰ ਬਹੁਤ ਹੀ ਭਾਗਾਂ ਲਿਆ। ਸਾਨੂੰ ਇਹ ਆ ਵੀ ਉਹ ਜਿਹੜੀ ਜੜ੍ਹਾਂ ਵਾ ਜਿੱਥੋਂ ਤੱਕ ਪਹੁੰਚੀਆਂ ਹੋਈਆਂ ਨਸ਼ੇ ਦੀਆਂ, ਉਹ ਨਸ਼ੇ ਇਹ ਜਿੱਥੋਂ ਦਾ ਨਸ਼ਾ ਉਸ ਬੰਦੇ ਨੂੰ ਫੜਿਆ ਜਾਵੇ, ਗਾਂਹ ਕਿਹੜੇ ਜਗ੍ਹਾ ਤੋਂ ਲਿਆ ਕੇ ਨਸ਼ਾ ਵੇਚਦਾ ਉਸ ਬੰਦੇ ਨੂੰ ਫੜਿਆ ਜਾਵੇ। ਅਤੇ ਦਾਅਵੇ ਜਿਹੜੇ ਇਹਨਾਂ ਦੇ ਚੱਲਦੇ ਆ ਨਸ਼ਾ ਮੁਕਤ ਪੰਜਾਬ ਖੋਖਲੇ ਨੇ, ਖੋਖਲੇ ਬਿਲਕੁਲ ਖੋਖਲੇ ਹੁਣ ਜੀ ਅਗਲੀ ਸਰਕਾਰ ਨਾਲੋਂ ਹੁਣ ਨਸ਼ਾ ਜ਼ਿਆਦਾ ਹੋ ਗਿਆ। ਹਾਂਜੀ ਬਾਬੂ, ਕੀ ਨਾਮ ਤੁਹਾਡਾ? ਮੇਰਾ ਨਾਮ ਸਰਵਣ ਸਿੰਘ ਜੀ। ਇਹ ਜਿਹੜੇ ਆਈ ਨੂੰ ਤੁਹਾਡੇ ਕੀ ਲੱਗਦੇ? ਇਹ ਸਾਡੇ ਯਾਰ ਦੋਸਤੀ ਜੀ ਨਾਲੀਆਂ ਦੇ ਲੱਗੇ ਜੀ। ਅੱਛਾ ਜੀ, ਕੀ ਕੀ ਗੱਲ ਬਣੀ ਜਿਹੜੀ ਅੱਜ ਇਹਨਾਂ ਨੂੰ ਹਸਪਤਾਲ 'ਚ ਕਰਾਉਣਾ? ਗੱਲ ਕੀ ਹੋਈ ਆ ਵੀ ਇਹਨੇ ਮੁੰਡਾ ਜੋ ਹੋਇਆ ਟੀਕਾ ਟਾਕਾ ਨਹੀਂ ਦੇਗਾ, ਇਹਨੇ ਜੋ ਲਾਇਆ ਅੱਧਾ ਟੀਕਾ ਲਾਇਆ, ਉਹ ਸਰਿੰਜ ਜਿਹੜੀ ਜਦੋਂ ਪੁੱਟੀ ਆ ਘਰ ਲਿਆ ਕੇ ਅੱਧਾ ਟੀਕਾ ਵੇਚਿਆ ਸੀ, ਅੱਧਾ ਕੁ ਇਹਨੇ ਲਾ ਲਿਆ ਸੀ। ਅੱਛਾ ਜੀ, ਇਹ ਮੌਤ ਦੀ ਸਾਡੀ ਜ਼ਿੰਦਗੀ ਮਹਾਂ ਵਧੀਆ ਅਤੇ ਮਾਂ ਜਲਦੀ ਜਲਦੀ ਲੈਂਦਾ ਹਸਪਤਾਲ ਮਾਰੇ ਨੇ ਕਿਹਾ ਤਾਂ ਨਹੀਂ ਕੋਈ ਹਾਲਾਤ ਨਹੀਂ ਹੋ ਜਾਂਦੇ। ਪਤਾ ਕੀ ਮੰਨਿਆ ਜੀ ਹੁਣ ਨਸ਼ੇ ਦਾ ਕੀ ਹਾਲਾਤ ਨੇ ਪੰਜਾਬ? ਮੈਂ ਤਾਂ ਜੀ ਨਸ਼ਾ ਬਿਲਕੁਲ ਪੰਜਾਬ ਖਤਮ ਹੋਣਾ ਚਾਹੀਦਾ, ਜਦੋਂ ਕੈਪਟਨ ਸਰਕਾਰ ਕਹਿੰਦੀ ਕਿ ਅਸੀਂ ਕਿਉਂ ਚੇਂਜ ਕਰ ਦਾਂਗੇ, ਬਸ ਕੋਈ ਖਾਸ ਅਸਰ ਨਹੀਂ ਪਿਆ। ਅਤੇ ਅਨਫਿਟ ਇਹਨੂੰ ਕੀ ਹੋਇਆ ਜੀ, ਕਿਉਂ ਇਹਨੂੰ ਉੱਥੇ ਦਾਖਲ ਕਰਾਇਆ ਗਿਆ? ਐਗਜੀਬਿਸ਼ਨ ਆਈ ਹੋਈ ਨੇ, ਕੋਈ ਜਿਹੜੀ ਪੋਜ਼ਨ ਲਈ ਹੋਈ ਆ, ਕੋਈ ਡਰੱਗ ਲਈ ਹੋਈ ਆ। ਅਤੇ ਇਹਨਾਂ ਦੇ ਜਿਵੇਂ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਜੀ ਕੋਈ ਬੰਦਾ ਵੀ ਇਹਨਾਂ ਨੇ ਗ੍ਰਿਫਤਾਰ ਕਰਾਇਆ ਜਾਂ ਉਹਦਾ ਨਾਮ ਲਿਆ ਗਿਆ ਜਿਹੜਾ ਨਸ਼ਾ ਵੇਚਦਾ ਔਰ ਕਰਦਾ ਜੀ? ਫਿਰੋਜ਼ਪੁਰ ਤੋਂ ਪੰਕਜ ਕੁਮਾਰ ਦੀ ਰਿਪੋਰਟ, ਪੰਜਾਬ ਟੂਡੇ।